हाँ बस मैं थोड़ी देर के बाद आ रहा हूँ, बच्चों से बोलो तैयारी पकड़ लें, वहाँ जाने की जरूरत नहीं है। हाँ वो मैं थोड़ा सा वो स्किन का मसला बना हुआ था चेहरे पे। हाँ मेरी बात सुनो, शाम से बोलो पापा आ रहे हैं, ठीक है, उन्हें को कपड़े पहनने में आ जाता हूँ। वालेकुम सलाम, आज भाई ना जी आज तो शरीफ रुको। हाँ जी शेव करानी पानी या मतलब कटिंग करानी? कटिंग तो हुई है। हाँ जी कटिंग हुई है, मैं जरा फेशियल कराना सी। अच्छा, ते फेशियल किस तरह का कराना चाह रहे हो? अच्छा वाला? मैं कह रहा हूँ मैं उस शादी दी जैसे जाना ना, मेरे तो अच्छा किसी का चेहरा फ्रेश ना हो दे। कोई ऐसी गल नहीं, रिश्तेदारों की शादी कितने? हाँ जी। अच्छा तो कदों शादी? कदों शादी? 3 चक्कर हो गए, 6वें चक्कर तो बाद शादी शुरू हुआ। नहीं मैं वैसे मैं जरा पूछ लवा किस तरह का फेशियल चाहिए, क्योंकि असी शादी ब्याह का जो फेशियल करीदा वो अलहदा करीदा वा, तो वैसे फेशियल कराना हो तो असी अलहदा करीदा वा। ਤੁਸੀਂ ਕੋਈ ਨਹੀਂ, ਤੁਸੀਂ ਕਿਹੜਾ ਕਰਾਉਣਾ ਸ਼ਾਦੀ 'ਤੇ ਜਾ ਰਹੇ ਤੁਸੀਂ? ਸ਼ਾਦੀ 'ਤੇ ਮਤਲਬ ਜਿਹੜੇ ਵੀ ਉਹ ਮੇਰੇ ਰਿਸ਼ਤੇਦਾਰ ਭੈਣ ਭਰਾ ਹੋਣ। ਜੀ ਜੀ ਉਹਨਾਂ ਨੂੰ ਪਤਾ ਲੱਗ ਜਾਏ ਬਈ ਨਹੀਂ ਬਈ ਸੋਹੇਬ ਨੂੰ ਵੀ ਕਿਸੇ ਨੇ। ਕਿਹਨੂੰ? ਸੋਹੇਬ। ਸੋਹੇਬ ਸਾਹਿਬ ਠੀਕ ਹੋ ਗਿਆ, ਪਹਿਲੇ ਵੀ ਕਦੀ ਕਰਾਇਆ ਫੇਸ਼ੀਅਲ ਭੈਣ? ਸਾਡੇ ਅਕਸਰ ਜਦੋਂ ਸਾਡੀ ਨਾ ਖਾਨਦਾਨ ਦੇ ਵਿੱਚ ਸ਼ਾਦੀਆਂ ਬਹੁਤ ਜਲਦੀ ਅਸੀਂ ਰੱਖ ਦਿੰਦੇ। ਹਾਂਜੀ 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 ਕੋਈ ਗੱਲ ਨਹੀਂ, ਸਾਡੇ ਨਾ ਖਾਦ ਖੁਰਾਕ ਬੜੀ ਖਾਧੀ ਜਾਂਦੀ ਹੈ। ਅੱਛਾ ਅੱਛਾ ਉਹ ਬੱਚੇ ਫਿਰ ਤੁਹਾਡੀ ਦੁਆਰਾ ਵਿੱਚ ਗੱਭਰੂ ਹੋ ਜਾਂਦੇ। ਕੋਈ ਐਸੀ ਗੱਲ ਨਹੀਂ। ਅਤੇ ਪਹਿਲੇ ਕਦੀ ਸਾਡੀ ਦੁਕਾਨ 'ਤੇ ਆਇਆ ਤੁਸੀਂ ਭਾਣ? ਨਹੀਂ ਜੀ। ਅੱਛਾ ਫਸਟ ਟਾਈਮ ਆਏ? ਮੈਨੂੰ ਨਾ ਉਹ ਦੱਸਿਆ ਉਹ ਕੀ ਨਾ ਉਹ ਖਾਲਾ ਦਾ ਮੁੰਡਾ ਸਾਡਾ। ਕਿਹੜਾ? ਉਹ ਸਾਡੇ ਉੱਥੇ ਆਫਿਸ ਕੰਮ ਕਰਦਾ। ਹਾਂਜੀ ਮਲਕਾਂ ਦਾ ਮੁੰਡਾ ਹੈਗਾ ਖਾਲਦ। ਹਾਂਜੀ ਹਾਂਜੀ ਉਹ ਵੀ ਆਉਂਦੇ ਰਹਿੰਦੇ ਨੇ ਇੱਥੇ ਸ਼ੇਵ, ਉਹ ਅਕਸਰ ਸ਼ੇਵ ਇੱਥੋਂ ਹੀ ਕਰਾਉਂਦੇ ਭਾਣ। ਅੱਛਾ ਅਤੇ ਤੁਹਾਨੂੰ ਉਹਨਾਂ ਨੇ ਕੀ ਕਿਹਾ ਸੀ ਕਿ ਕੀ ਗੱਲ ਹੋਈ ਭਾਈ? ਤੁਸੀਂ ਆਪਣੇ ਘਰ ਕੋਈ ਸਬਜ਼ੀ ਸੁਬਜ਼ੀ ਦਿਓ, ਮੈਂ ਇਹਨੂੰ ਘੁਮਾਈ ਜਾਂਦਾ। ਨਹੀਂ 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 ਮੈਂ ਜ਼ਰਾ ਗੱਲ ਕਰਨ ਲੱਗਿਆ, ਮੈਂ ਕਿਹਾ ਜ਼ਰਾ ਸਾਹਮਣੇ ਫੇਸ ਟੂ ਫੇਸ ਗੱਲ ਹੋ ਜਾਏਗੀ ਨਾ, ਇਸ ਤਰ੍ਹਾਂ ਸ਼ੇਵ ਕੰਮ ਕਰਦੇ ਹਾਂ ਅੱਛਾ ਨਹੀਂ ਲੱਗਦਾ। ਬੈਠੋ ਅਤੇ ਸ਼ੁਰੂ ਰੱਖੋ, ਬੈਠੋ ਬੈਠੋ। ਇਸ ਤਰ੍ਹਾਂ ਤੁਸੀਂ ਜਿਹਦੇ ਨਾਲ ਗੱਲ ਕਰਦੇ ਹੋ ਉਹਦਾ ਸਿਰ ਚੱਕਰਾ ਜਾਂਦਾ। ਨਹੀਂ ਨਹੀਂ ਤਾਂ ਸ਼ਾਦੀ ਹੈ ਕਦੋਂ ਆ? ਜਦੋਂ ਚੱਕਰ ਖਤਮ ਹੋ ਗਏ ਸ਼ਾਦੀ ਸ਼ੁਰੂ ਹੈ। ਨਹੀਂ ਨਹੀਂ ਅਸੀਂ ਤਾਂ ਸਰ ਕੰਮ ਕਰਨਾ ਸਾਰੀ ਜ਼ਿੰਦਗੀ, ਤੁਹਾਨੂੰ ਪਤਾ ਫਿਰ ਬਚਪਨ ਤੋਂ ਅੱਬੂ ਵੀ ਇੱਥੇ ਹੀ ਸੀ, ਅੱਗੋਂ ਵੱਡਾ ਭਰਾ ਵੀ ਇੱਥੇ ਕੰਮ ਕਰਦੇ ਰਹੇ, ਅਸੀਂ ਵੀ ਭਾਜੀ ਨੇ ਇੱਥੇ ਵੀ ਕੰਮ ਸਿੱਖਦੇ ਰਹੇ, ਮੈਂ ਇੱਥੇ ਸਿੱਖਿਆ ਜੀ। ਰਹਿਸ਼ ਆਪਣੀ ਕਿਸੇ ਜਾਂ ਗੋਲ ਚੱਕਰ ਚ ਜਾਂ ਡੀ ਗਰਾਊਂਡ ਚੱਕਰ ਚ? ਨਹੀਂ ਨਹੀਂ ਚੱਕਰ ਚੱਕਰ ਤਾਂ ਕੋਈ ਨਹੀਂ। ਅੱਛਾ ਚਲੋ ਆ ਜਾਓ, ਤੁਸੀਂ ਆ ਜਾਓ ਭਾਣ। ਹੁਣ ਸ਼ੇਵ ਕਰਾਉਣੀ ਮੇਰੇ ਭਰਾ ਨੇ, ਕੀ ਕਰਾਉਣਾ? ਕੀ ਅਫੀਸ਼ੀਅਲ ਕਰਨਾ ਹੈ? ਹਾਂਜੀ ਪਲੀਜ਼ ਪਲੀਜ਼ ਪਲੀਜ਼। ਕੀ ਹੋਇਆ ਸਰ? ਪਲੀਜ਼ ਕੀ ਹੋਇਆ ਸਰ? ਕੀ ਹੋਇਆ? ਹੈਂਡ ਵਾਸ਼ ਕਰੋ। ਹਾਂਜੀ ਹੈਂਡ ਵਾਸ਼ ਕਰੋ। ਅੱਛਾ ਜੀ ਗੰਦਗੀ ਕੋ ਹਮ ਲੋਕ ਲਾਈਕ ਨਹੀਂ ਕਰਦੇ। ਠੀਕ ਹੈ ਸਰ, ਤੁਸੀਂ ਵੀ ਨਹਾ ਕੇ ਆਉਣਾ ਸੀ ਭਾਜੀ। ਹਾਂਜੀ ਤੁਸੀਂ ਵੀ ਨਹਾਉਣਾ ਸੀ ਹਲਕਾ ਜਿਹਾ, ਮੈਂ ਕਿਹਾ ਚਲੋ ਚੰਗਾ ਹੁੰਦਾ ਵਾ ਭਾਈ ਜਾਨ। ਤੁਸੀਂ ਮੈਨੂੰ ਗੁਸਲ ਦਾ ਕਹਿ ਰਹੇ ਹੋ? ਨਹੀਂ ਗੁਸਲ ਨਹੀਂ, ਨਹਾ ਕੇ ਗੁਸਲ ਤੇ ਹੁੰਦਾ, ਗੁਸਲ ਤੇ ਹੁੰਦਾ ਭਾਜੀ ਆਖਰੀ, ਜਿਹੜਾ ਨਹਾਉਣਾ ਹੁੰਦਾ ਇਹ ਹੁੰਦਾ ਰੋਜ਼। ਗੱਲ ਸਮਝੇ ਤੁਸੀਂ? ਚਲੋ ਕੋਈ ਐਸੀ ਗੱਲ, ਜਿੰਨਾ ਸਾਡੇ ਫੈਮਲੀਆਂ 'ਚ ਨਹਾਤਾ ਜਾਂਦਾ ਨਾ ਆਮ ਕਿਸੇ ਫੈਮਲੀ 'ਚ ਨਹਾ ਨਹੀਂ ਹੁੰਦਾ। ਚਲੋ ਕੋਈ ਨਹੀਂ ਐਸੀ ਗੱਲ, ਪਹਿਲੇ ਹੈਂਡ ਵਾਸ਼ ਕਰ ਭਾਈ। ਨਾ ਮੈਂ ਕੀਤੇ ਨੇ ਹੈਂਡ ਵਾਸ਼ ਸਰ, ਮੈਂ ਕਰ ਲਏ ਨੇ। ਸਾਬਣ ਦੇ ਨਾਲ ਕਰ ਭਾਈ, ਉਹ ਬਣਾਇਆ ਪਿਆ ਭਾਈ, ਹੈਂਡ ਵਾਸ਼ ਹੋ ਗਏ ਆ, ਵੇਖੋ ਨਾ ਵੇਖੋ। ਮੈਲ ਤਾਂ ਸਾਲੀ ਉਂਝ ਹੀ ਨਿਕਲਦੀ ਪਈ ਹੈ। ਉਹ ਭੈਣ ਤੁਹਾਨੂੰ ਹੱਥ ਲਾਇਆ ਵਾ ਨਾ ਤੇ ਉਹ ਸਾਰਾ ਮਾਲ ਜਾ ਰਿਹਾ ਇੱਧਰ ਨੂੰ। ਪਹਿਲੇ ਫਿਰ ਮੂੰਹ ਧੋਲਾ, ਮੈਂ ਇੱਧਰ ਮੈਲ ਖਤਮ ਕਰ ਸਰ। ਅਸੀਂ ਫੇਸ਼ੀਅਲ ਕਰਨਾ ਤੁਹਾਡਾ, ਤੁਸੀਂ ਵਿਆਹ ਤੇ ਜਾਣਾ, ਲੇਟ ਜਾਓ ਤੁਸੀਂ। ਤੁਸੀਂ ਨਾ ਬੋਲੋ ਭੈਣ, ਤੁਸੀਂ ਨਾ ਬੋਲੋ ਭੈਣ। ਇਹ ਦੇਖੋ ਤਾਂ ਸਾਡਾ ਸਟਾਈਲ ਹੈਗਾ ਭੈਣ, ਇਹ ਦੇਖੋ ਅਸੀਂ ਸਾਰੀ ਜ਼ਿੰਦਗੀ, ਇਹ ਦੇਖੋ ਇਹ ਦੇਖੋ ਇਹ ਇਹ ਵੇਖੋ
ਮੇਰੀ ਗੱਲ ਸੁਣ ਜੀ ਜੀ ਅਸੀਂ ਸਾਰੀ ਜ਼ਿੰਦਗੀ ਫਿਸ਼ਲ ਕਰਵਾਇਆ ਸੀ ਕਟਿੰਗ ਕਰਵਾਈ ਅਸੀਂ ਸ਼ੇਵ ਇਸ ਤਰ੍ਹਾਂ ਦੀਆਂ ਚਲਾਕੀਆਂ ਅਸੀਂ ਕਿਸੇ ਨੂੰ ਨਹੀਂ ਵੇਖੀਆਂ ਗਲਾ ਤੁਹਾਡਾ ਅਚਾਨਕ ਖਰਾਬ ਹੋ ਗਿਆ ਮੇਰਾ ਕੀ ਹੋਇਆ ਕੀ ਗਲਾ ਸਾਡਾ ਸਹੀ ਹੈਗਾ ਅੱਛਾ ਜੀ ਗਲਾ ਠੀਕ ਹੈ ਅਸੀਂ ਖਾਨਦਾਨੀ ਲੋਕ ਹੈਗੇ ਹਾਂ ਨਹੀਂ ਨਹੀਂ ਲੱਗ ਰਿਹਾ ਭਾਅ ਜੀ ਲੱਗ ਰਿਹਾ हो गया ओके ये मैं करना सर मैं करना नहीं मैं ही आप ही कर लेना नहीं नहीं कोई ऐसी गल नहीं तुसी टेंशन नहीं लैनी बस साढ़े को आ गए ना ते असी तुहानू सैट कर देना दो मिनट दे विच आ वेखो किन्ना रंग लथ रहा भाजी मैनू फिर बार बार धोने पैंदे अपने हाथ इत्थे थोड़े इलाके च कोई नहर हैगी है हाँ जी हैगी जी सर्विस स्टेशन हैगा जी है सर है ते 100 रुपया भी तेरे को होना जी है पहले मैंने ना सर्विस स्टेशन से धोआ लिया उस नाले भी तेनों काम च आसानी हो जाएगी नहीं नहीं थोड़ा माशाल्लाह रंग वैसे अच्छा है यह गंदमी रंग जड़ा आता ना यदि ग्रेस ही बहुत होंगी यार कैसे हाँ। जरा गंदमी रंग है ना यदि ग्रेस बहुत होंगी भाण यह वेखो कितने कितने मैल ताडे फसी है यह देखो यह देखो यह देखो दोंदा दोंदा लग रहा मैं कोई ऐसी पता की गल है 9 बजे मेहंदी का मतलब प्रोग्राम शुरू हो जाना कितने बजे जी 9 बजे कोई गल नहीं असी सानू 11:30 बजे तो इंज करके भेज देना ईजी हो जाओ तुम थोड़ियां घड़ियां बाबा ही तेज चल दियां जड़ियां 9 तो बाद आओगे मैं कहा तुहाडे जान तो पहले तेरा मेहंदी खुशहाली च हो जाएगी ना लोग हस खेल लैणगे सेब दे जान नाल सारियां रौनकां होणियां जी जी ठीक हो गया भाजी ठीक हो गया वैसे फर्क पैना कोई नहीं मैं जिन्ना मर्जी जोर ला लवा मैं तुम दस एरा हाल में कोई आगा हाँ जी हाँ जी रुपये भी है तेरे को जी है सर ऐसे को हार्डवेयर की दुकान हो गए हाँ जी है उन्होंने को मोटे दाने का रेग माल दे दो तेरे 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 आसानी हो जाएगी नहीं सर तुसी तरह है कि हुण तुसी आ गए हो साडे कोल असी तुहानूं इक वारी ते एक बार तो असं सर तुम बिल्कुल फिट करके भेजेंगे ताकि तुम कितने जाओ ताकि अगले कह के भी तू आया वा बैठो बैठो ईजी ईजी टेंशन नहीं लैनी साढ़े को आए हो है ना तेन पठिया का मसला है बाग बारे नहीं करना नहीं नहीं वो एक जरा एक सैटिंग ताकि असी एक इतने आ जाओ पिछे आ जाओ पिछे आ जाओ टेंशन नहीं लैनी थकावट भी दूर हो जाती पाए मर देना थोड़ा ना की है हाँ जी मेरा नाम शाहिद जी शाहिद हाँ जी ਤੁਸੀਂ ਜਿਹੜਾ ਕੰਮ ਕਰਦੇ ਹੋ ਸ਼ੌਕ ਨਾਲ ਕਰਦੇ ਹੋ ਮੈਨੂੰ ਨਾ ਸਰ ਅਸੀਂ ਦਿਲੋਂ ਕਰੀਦਾ ਉਸ ਤਰ੍ਹਾਂ ਕਰੀਦਾ ਹੀ ਨਹੀਂ ਹੈਗਾ ਆ ਵੇਖ ਨਾ ਦੂਸਰੀ ਕਰੀਮ ਵੀ ਲਾਉਣ ਲੱਗੇ ਅਸੀਂ ਪਹਿਲੀ ਲੱਗ ਗਈ ਐ ਵੇਖ ਅੱਲਾ ਮਾਫੀ ਦੇ ਯਾ ਅੱਲਾ ਖੈਰ ਕਈ ਚੀਜ਼ਾਂ ਹੁੰਦੀਆਂ ਸਰ ਦੁਨੀਆ 'ਤੇ ਬੰਦੇ ਨੂੰ ਨਾ ਲੱਭ ਜਾਂਦਾ ਵਾ ਉਹ ਜਿਹਨੂੰ ਕੀ ਕਹਿੰਦੇ ਹਾਂਜੀ ਹਾਂਜੀ ਹੋ ਰਿਹਾ ਜੀ ਹੋ ਰਿਹਾ ਹਾਂਜੀ ਹਾਂਜੀ ਆ ਵੇਖੋ ਨਾ ਜੀ ਹੁਣ ਆਖਰੀ ਉਹ ਕਰੀਮ ਪਾਣ ਜਿਹੜਾ ਮਰਜ਼ੀ ਬੰਦਾ ਜਿੱਡਾ ਮਰਜ਼ੀ ਸਾਂਵਲਾ ਹੋਵੇ ਨਾ ਜੀ बंदे दी ताकि अगले बंदे नूं थकावट जरा लथ जाए अगले बंदे ਭਾਜੀ ਤੁਸੀਂ ਆ ਗਏ ਅਸੀਂ ਤੁਹਾਨੂੰ ਫਿੱਟ ਕਰਕੇ ਭੇਜਣਾ ਅਸੀਂ ਉਸ ਤਰ੍ਹਾਂ ਨਹੀਂ ਭੇਜ ਸਕਦੇ ਤੁਸੀਂ ਮੈਨੂੰ ਦੋ ਅਸੀਂ ਹਰਾਮ ਨਹੀਂ ਖਾਂਦੇ ਅਸੀਂ ਮਿਹਨਤ ਕਰੀ ਦੀਏ ਭਾਣ ਬਸ ਟਿਕ ਜਾਓ ਇੱਥੇ ਕਿਲਣਾ ਨਹੀਂ ਮੇਰੀ ਗੱਲ ਸਰ ਵੈਰੀ ਗੁੱਡ ਵੈਰੀ ਗੁੱਡ ਇੱਕ ਮਿੰਟ ਮੈਂ ਆਪਣੇ ਹੱਥ ਧੋਣਾ ਬਾਰ ਬਾਰ ਭਾਜੀ ਰੰਗ ਲੱਥ ਰਿਹਾ ਨਾ ਤੁਹਾਡਾ ਕਾਫੀ ਸਾਰਾ ਮਸਲੇ ਬਣਦੇ ਆ ਫਿਰਦਾ ਯਾਰ ਕੱਚਾ ਹੀ ਆ ਤੁਹਾਡਾ ਇਹ ਮਸਲਾ ਓਏ ਸਵਾਈ ਪਸੰਦ ਲੋਕ ਆ ਸਾਨੂੰ ਪਤਾ ਹੈ ਉਮਰ ਤੁਹਾਡੀ ਕਾਫੀ ਹੋ ਗਈ ਆ ਰੰਗ ਤੁਹਾਡਾ ਵੈਸੇ ਕੱਚਾ ਹੀ ਆ ਇਹ ਕੁਜਰਤੀ ਆ ਕੁਜਰਤੀ ਹਾਂਜੀ ਹਾਂਜੀ ਸਾਡੀ ਖਾਦ ਖੁਰਾਕ ਇੰਜ ਦੀ ਹੈਗੀ ਨਾ ਜੀ ਭਾਜੀ 2 ਮਿੰਟ ਤੁਸੀਂ ਜਾਣਾ ਮਹਿੰਦੀ ਤੇ ਜਾਣਾ ਮਹਿੰਦੀ ਤੇ ਤੂੰ 10 ਮਿੰਟਾਂ ਚ ਮੇਰੇ ਸਾਰੇ ਦੰਦ ਕੱਢ ਛੱਡਣਾ ਭਾਜੀ ਮਹਿੰਦੀ ਤੇ ਜਾਣਾ ਵਾ ਆਖਰ ਜਾਏਗਾ ਸੁਹੇਬ ਉੱਥੇ ਮਹਿੰਦੀ ਤੇ ਜਾਵੇ ਪਤਾ ਲੱਗੇਗਾ ਸੁਹੇਬ ਆਇਆ ਵਾ ਗੱਲ ਹੈ ਨਾ ਕੁਝ कोई गल नहीं ज्यादा चीज चल रही
ਸਾਡੇ ਕੋ ਆਏ ਹੋ ਤੁਸੀਂ ਬਸ ਅੱਖਾਂ ਦੇ ਵੀ ਰਹਿੰਦੇ ਹੋ ਅੱਖਾਂ ਦੇ ਵੀ ਲਾ ਰਹੇ ਆਂ ਲਾਈਦੇ ਅੱਖਾਂ ਦੇ ਵੀ ਲਵਾ ਲਓ ਅੱਛੇ ਲੱਗੋਗੇ ਓਏ ਛੱਡ ਮੈਂ ਉੱਥੇ ਲੈ ਦੇ ਮੂਰਤ ਜੀ ਬਣ ਕੇ ਜਾਵਾਂ ਲੋ ਹੁਣ ਕਹਣਾ ਸੋਏ ਪਤਾ ਨਹੀਂ ਮਹਿਕ ਮਲਕ ਬਣ ਗਿਆ ਆ ਗਿਆ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਨਹੀਂ ਲੈਣੀ ਸਾਡੇ ਹੁੰਦੇ ਆ ਤੁਸੀਂ ਆ ਗਏ ਭਾਜੀ ਸਾਡੇ ਕੋਲ ਹੁਣ ਹੋਰ ਸ਼ਾਬਾਸ਼ ਤੌਲੀ ਨੇ ਤੈਨੂੰ ਬੜਾ ਪਿਆਰ ਹੈਗਾ ਜੀ ਮੈਂ ਜੋ ਨੋਟ ਕੀਤਾ ਨਾ ਤੈਨੂੰ ਪਿਆਰ ਸਰ ਅਸੀਂ ਤੁਹਾਨੂੰ ਤਿਆਰ ਕਰਨਾ ਵਾ ਇਹ ਸਾਡਾ ਸਟਾਈਲ ਆ ਕੰਮ ਦਾ ਐਵੇਂ ਨਹੀਂ ਦੁਨੀਆ ਨਹੀਂ ਇੰਨੀ ਦੂਰੋਂ ਇੱਥੋਂ ਆਉਂਦੀ ਤਿਆਰ ਹੋਵਾਂ ਨਾ ਆਵਾਂ ਬਿਮਾਰ ਹੋ ਜਾਣਾ ਜੀ ਨਾ ਨਾ ਤੁਸੀਂ ਟੈਨਸ਼ਨ ਨਹੀਂ ਲੈਣੀ ਹੁਣ ਕਰੀਮ ਹੋਰ ਲਾਉਣੀ ਹੈ ਇੱਕ ਕਰੀਮ ਰਹਿ ਗਈ ਭਾਜੀ ਸਿਰਫ ਆ ਜਿਹੜੀਆਂ ਪਹਿਲੇ ਦੋ ਲਾਈਆਂ ਉਹਨਾਂ ਨੇ ਕੋ ਰਿਜ਼ਲਟ ਦਿੱਤਾ ਉਹਨਾਂ ਨੇ ਸਰ ਮੈਨੂੰ ਅੱਗੋਂ ਲਾਨਤਾਂ ਪਾਈਆਂ ਮੇਰੇ ਤੇ ਕਿ ਕਿੱਥੇ ਤੂੰ ਅਗਰ ਕਿ ਕਿੱਥੇ ਮੇਰੇ ਗੱਲ ਸੁਣਾ ਹਾਂਜੀ ਜੇ ਤੇਰਾ ਕਿਸੇ ਚੰਗੇ ਖਾਨਦਾਨ ਨਾਲ ਤਲਕ ਹੁੰਦਾ ਨਾ ਤੂੰ ਪਹਿਲੀ ਕਰੀਮ ਤੇ ਖਤਮ ਕਰ ਦੇਣਾ ਸੀਗਾ ਮੈਂ ਟਰਾਈ ਕੀਤੀ ਕਿ ਦੂਸਰੀ ਜਦੋਂ ਪਹਿਲੀ ਕਰੀਮ ਨਾਲ ਉਹਦਾ ਕੰਮ ਨਹੀਂ ਕੀਤਾ ਤੇ ਦੂਸਰੀ ਕੋ ਲਾਈ ਦੂਸਰੀ ਇਸ ਤੋਂ ਲਾਈ ਕਿ ਸ਼ਾਇਦ ਕੋ ਫਰਕ ਪੈ ਜੇ ਭਾਜੀ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਨਹੀਂ ਲੈਣੀ ਤੁਸੀਂ ਸਾਡੇ ਕੋਲੋਂ ਬੇਫਿਕਰ ਹੋ ਜਾਓ ਤੁਸੀਂ ਅਸੀਂ ਬੰਦੇ ਨੂੰ ਬਿਲਕੁਲ ਕਾਰੀਗਰ ਕਰਕੇ ਭੇਜਣਾ ਸੋਹਣਾ ਲਾੜੇ ਨਾਲੋਂ ਬਹੁਤਾ ਸੋਹਣਾ ਸੁਹੇਬ ਲੱਗੇ ਸਾਡਾ ਕੀ ਹੋਇਆ ਕੀ ਹੋਇਆ ਮਾਰੀ ਨਹੀਂ ਨਹੀਂ ਟੈਨਸ਼ਨ ਨਾ ਲੈਣਾ ਤੁਸੀਂ ਟੈਨਸ਼ਨ ਇੱਕ ਹੋਰ ਕਰੀਮ ਹੈਗੀ ਹੈ ਭਾਜੀ ਮੈਂ ਚੈੱਕ ਕਰਨਾ ਵਾ ਅਗਰ ਉਹ ਲੱਗ ਗਈ ਨਾ ਆਹ ਮੇਰਾ ਖਿਆਲ ਹੈਂਡ ਵਾਸ਼ ਆ ਮੇਰੀ ਗੱਲ ਸੁਣ ਹਾਂਜੀ ਕਰੀ ਤੂੰ ਆਪਣੀ ਮਰਜ਼ੀ ਹਾਂਜੀ ਅਸੀਂ ਇੱਧਰ ਦੀ ਆਏ ਆ ਨੁੱਕਰ ਦੇ ਬਣਦਾ ਘਰ ਅੱਛਾ ਜੀ ਉੱਥੇ ਪਈ ਆ ਬਜਰੀ ਗਰੈਂਡਰ ਹੈਗਾ ਗਰੈਂਡਰ ਹੈ ਜੀ ਦੋ ਮੁੱਠਾਂ ਬਜਰੀ ਦੀਆਂ ਲਿਆ ਦਾਦੜ ਜੀਆਂ ਕਰਕੇ ਨਾ ਦਸਤਾਨੇ ਹੈਗੇ ਆ ਸਕਰਾਬੀ ਨਹੀਂ ਉਹਦਾ ਬਣਾ ਲਈਏ ਬਜਰੀ ਦਾ ਮੂੰਹ ਖੋਲੋ ਮੂੰਹ ਖੋਲੋ ਹਲਕਾ ਜਿਹਾ ਹਲਕਾ ਜਿਹਾ ਮੂੰਹ ਖੋਲੋ ਸੁਹੇਬ ਤਿਆਰ ਹੋ ਰਿਹਾ ਸੁਹੇਬ ਤੇਰੇ ਮੈਂ ਦੰਦ ਵੀ ਸਾਫ਼ ਕਰਕੇ ਭੇਜਣੇ ਉੱਥੇ ਬੰਦਰਾ ਪੁੱਤਰ ਬਣ ਯਾਰ ਉੱਥੇ ਖਾਣਾ ਪੀਣਾ ਵਾ ਉੱਥੇ ਹੱਸੇਗਾ ਲੋਕੀ ਕਹਿਣਗੇ ਕਿ ਸੁਹੇਬ ਦੇ ਦੰਦ ਕਿਹੋ ਜਿਹੇ ਆ ਖੋਲੋ ਬੋਲ ਸਾਡੇ ਕੋ ਇਹ ਮੈਂ ਪੁੱਟ ਦੇਣਾ ਮੈਂ ਪੁੱਟ ਦੇਣਾ ਮੈਂ ਪੁੱਟ ਦੇਣਾ ਇਹ ਮੈਂ ਕਿਹਾ ਪਰਸੋਂ ਦੀ ਕੋਈ ਰੱਸੀ ਅੰਦਰ ਗਈ ਇਹ ਮੇਰਾ ਖਿਆਲ ਹਾਂਜੀ ਨਹੀਂ ਪਤਾ ਲੱਗਦਾ ਛੋਟੀਆਂ ਮੋਟੀਆਂ ਚੀਜ਼ਾਂ ਦਾ ਨਹੀਂ ਤੁਹਾਨੂੰ ਸਮਝ ਆਉਂਦੀ ਕੱਢ ਲਓ ਇਹ ਸੇਮੀਆਂ ਵਾ ਭਾਜੀ ਸੇਮੀਆਂ ਹਾਂਜੀ ਓਕੇ ਓਕੇ ਠੀਕ ਹੋ ਗਿਆ ਠੀਕ ਹੋ ਗਿਆ ਵੈਰੀ ਨਿਕਲ ਗਈ ਸਫਾਈ ਕਰਦੀ ਹੁਣ ਭਾਜੀ ਇੱਥੇ ਆਪਣੇ ਬੱਚਿਆਂ ਨੂੰ ਹੋਮਵਰਕ ਕਰਨ ਬਿਠਾਉਣਾ ਇੰਨੀ ਸਫਾਈ ਤੂੰ ਪਸੰਦ ਸਰ ਦੇਖੋ ਤੁਹਾਡਾ ਸਾਰਾ ਕੰਮ ਹੋ ਗਿਆ ਦੇਖੋ ਇਹ ਉਹ ਚੀਜ਼ ਹੈ ਜਿਹਦੇ ਨਾਲ ਇਹ ਜਿੱਡਾ ਮਰਜ਼ੀ ਕਿੱਡਾ ਸਖਤ ਤੋਂ ਸਖਤ ਰੰਗ ਹੋਵੇ ਐ ਸਰ ਉਹ ਕਰੀਮ ਹੈ ਵੈਰੀ ਗੁੱਡ ਭਾਜੀ ਭਾਜੀ ਤੁਹਾਨੂੰ ਤਿਆਰ ਬਣ ਗਿਆ ਭਾਜੀ ਭਾਜੀ ਅਸੀਂ ਤਿਆਰ ਕਰਕੇ ਭੇਜਣਾ ਤੁਹਾਨੂੰ ਮੈਨੂੰ ਤੂੰ ਤਿਆਰ ਕਰ ਤੂੰ ਮੇਰਾ ਭਾਜੀ ਤਿਆਰ ਕਰਕੇ ਭੇਜ ਸ਼ਰਮ ਹੁੰਦੀ ਹੈ ਭਾਜੀ ਅਗਲੇ ਨੂੰ ਸ਼ਰਮ ਹੁੰਦੀ ਹੈ ਭਾਜੀ ਅਗਲੇ ਨੂੰ ਪਤਾ ਲੱਗੇ ਸੁਹੇਬ ਆਇਆ ਵਾ ਸੁਹੇਬ ਕੋ ਆਮ ਸ਼ਖਸੀਅਤ ਹੈ ਸ਼ਰਮ ਹੁੰਦੀ ਹੈ ਕੋਈ ਐਸੀ ਗੱਲ ਬ੍ਰਸ਼ ਬਣਾ ਤੂੰ ਹਾਂਜੀ ਬਾਲ ਨਿਸ਼ਾਨ ਪੈ ਜਾਣੇ ਆ ਵਿਆਹ ਸ਼ਾਦੀ ਤੇ ਜਾਣਾ ਵਾ ਬੁਰਾ ਲੱਗਦਾ ਆਹ ਵੇਖੋ ਚਲੋ ਸ਼ਰਮ ਹੁੰਦੀ ਹੈ ਚਲੋ ਓਕੇ ਸ਼ਰਮ ਹੁੰਦੀ ਆ ਇੱਕ ਮਿੰਟ ਠਹਿਰੋ ਅਸਲ ਨਾ ਮੈਂ ਦੱਸਣਾ ਤੁਹਾਨੂੰ ਭਾਜੀ ਤੁਸੀਂ ਸਿਰ ਛਿੱਲ ਲੈਣਾ ਆਪਣਾ ਨਿਸ਼ਾਨ ਲਕੀਰਾਂ ਪੈ ਜਾਣੀਆਂ ਲਕੀਰਾਂ ਐਸੇ ਇਹ ਜਿਹੜਾ ਬ੍ਰਸ਼ ਹੈਗਾ ਨਾ ਇਹ ਹੈਗਾ ਛੱਡੋ ਇਹ ਹੈਗਾ ਵਾਲਾਂ ਵਾਸਤੇ ਇਹ ਜੇ ਵਾਲ ਹੋਣ ਤੇ ਇਹ ਮੈਂ ਉੱਥੇ ਗਾਚਾ ਲਾਇਆ ਇਹਦਾ ਵਾਲ ਹੀ ਹੈਗੇ ਨੇ ਇਹਦਾ ਮੈਂ ਦੱਸਣਾ ਉਹ ਸਾਡੇ ਇਲਾਕੇ ਦਾ ਪਾਣੀ ਥੋੜਾ ਜਿਹਾ ਡਿਸਟਰਬ ਹੋ ਗਿਆ ਇਹ ਪੈਨ ਹੈਗਾ ਇਹ ਸਿਰ ਹੈਗਾ ਪੈਨ ਟਾਕੀ ਮਾਰਨ ਵਾਲਾ ਇਹ ਤਾਂ ਸਿਰਫ ਟਾਕੀ ਵੱਜ ਸਕਦੀ ਹੈ ਇਹ ਵੱਖ ਨਹੀਂ ਸਕਦਾ ਠੀਕ ਹੋ ਗਿਆ ਨਾ ਚਲੋ ਇਹ ਵੇਖੋ ਇਹ ਲਓ ਸੈੱਟ ਹੋ ਗਿਆ ਹੋਰ ਦੱਸੋ ਵੇਖ ਤੇ ਸਹੀ ਫਰਕ ਤਾਂ ਰਿਹਾ ਫਰਕ ਮਨ ਤੇ ਬਿਲਕੁਲ ਨਹੀਂ ਲੱਗ ਰਿਹਾ ਜੀ ਤੁਹਾਨੂੰ ਹੀ ਲੱਗ ਰਿਹਾ ਮੈਂ ਤਾਂ ਬਥੇਰੀ ਕੋਸ਼ਿਸ਼ ਕੀਤੀ ਹੈ ਦੋ ਮਿੰਟ ਇੱਥੇ ਹੀ ਰਹਿਣਾ ਭਾਜੀ ਭਾਜੀ ਵਾਲ ਸੁੱਕ ਰਹੇ ਨੇ ਵਾਲ ਸੁੱਕ ਰਹੇ ਭਾਜੀ ਭਾਜੀ ਵਾਲ ਖੁਸ਼ਕ ਹੋ ਰਹੇ ਆ ਮੇਰਾ ਸਭ ਖੁਸ਼ ਕਰ ਛੱਡਿਆ ਭਾਜੀ ਵਾਲ ਖੁਸ਼ਕ ਹੋ ਰਹੇ ਇਹ ਦੇਖੋ
टेंशन नहीं लैनी साढ़े होंगे तुम आ गए ना हूँ नक के वाल बहुत बड़े हुए वालो इन वाह ना यारे दी गुत कर दे मैं उत्ते मेहंदी फिर कहे नहीं बी शहर का फैशन है ठीक हो गए भाजी मैं तो सारिया क्रीम ला बैठा वा आखिरी क्रीम ने भी हाथ जोड़ लिया है तो हूँ मेहरबानी फरमाओ तुम सैट हो गए हूँ माशाला इस तरह कर हाँ जी चलो एक मिनट ठहरो चेक करने हैं क्योंकि अभी एक नवी आई है ठीक है ना जी घंटा के लगी रहन दो बस माशाल्लाह वाह जी वाह क्या कहने क्या कहने अगर इस तरह ही अगर तुम मेहंदी तो जाओ ना तो लोग कहेंगे जी को मेहंदी ऐसा अखा तो खोलो भाजी भैन अखा खोलो आ देखो जरा मैं भैन देने का सह नहीं आ देखो आ देखो भैन अखा तो खोलो भैन वेखो है मेहनत की सारी क्रीम होंगी भाजी जिनी देर तक अगले बंदे पता नहीं पता ना देखो अखा खोलो हूं अखा खोल वेखो वेखो की नूर आया मैं इस तरह ही लिया क्रीम है ना हाँ जी काम वाली हाँ जी मेरी गल सुन कितने भी मापे सिर्फ मूह वाली भाजी मूह वाली यार गिटिया दिला दे तेन भाई दंद खोलो जरा मूह खोलो जरा अपना भाजी मूह खोलो जरा सैट कर दें मेरी गल सुनो मेरी गल तो सुन लो कुछ शर्म होती है भाजी ना साफ करो अगर मेहमान की शर्म होती है मेहमान भैन दे बढ़ गया मैं साफ कर देना भाजी मैं साफ कर देना बगड़ बिल्ला जा बना दिता चलो माशाल्लाह सेट हो गए पैसे तुसी देने कोई नहीं हरकत करी नहीं नहीं साफ होना अपनी मर्जी ने की सर मैं हमाम दी पार्लर अपने दी ना जो जो मेरे को है सी ना वो मैं लाता तुहाडे मुंह ते ठीक है जी टेंशन नहीं लैनी तुसी साढ़े को आए हो आखिर साढ़े असी बड़ी मेहनत नाल बंदे नू तैयार करी दा भाजी विआह शादी तो जावे लोग पुछण के भाजी ऑफिशियल कितों कराया हाँ जी पुछदे है हाँ जी हाँ जी कम सोहना होया पुछदे है तुसी टेंशन लैनी नहीं हैगी देखो स्टाइल है किसे को स्टाइल दी दी मुकांदा सिर्फ सर स्टाइल ही ऐसा वा कि हुण देखो ना सारिया क्रीम लग गई हूँ सिर्फ रह गया ताड़ा वाश करना जब करीम करम भी तो होया भाजी तुम वेखो तो सही जरा फ्लोई हो जरा असं तुम ऐसा सैट करना वा तुम याद करोगे जिंदगी एनू ना बहुत ना चलाया कर तेन पठे का मसला बन जाना अच्छा जी अच्छा बस सैट हो जाओगे हूँ तुम बहुत बढ़ गया भाजी सेक दे रहे हैं भाजी गल तो सुन लो भाजी गल सेब साहब सेब साहब भाजी सेब भाजी 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 ये मेहंदी के बंदे डीके ने तुम भाजी सारे पुराने होते भाजी भाई सेब भाई सेब उठे उठे पैसे वो ते प्रौने शान डिकन डिया उथे आ कोई एम्बुलेंस बुलाए।